ਸਟਾਰਟ ਭਾਰਤ ਅਤੇ ਭਾਰਤ ਵਿਚਕਾਰ ਸਿਆਚਿਨ ਗਲੇਸ਼ੀਅਰ ਦਾ ਝਗੜਾ ਅਸਲ ਵਿੱਚ ਜੰਮੂ ਕਸ਼ਮੀਰ ਦੇ ਮਾਮਲੇ ਦਾ ਹੀ ਇੱਕ ਹਿੱਸਾ ਹੈ। ਡੰਡਿੰਗ ਸਿਆਚਿਨ ਗਲੇਸ਼ੀਅਰ ਦੁਨੀਆ ਦਾ ਸਭ ਤੋਂ ਉੱਚਾ ਮੈਦਾਨੇ ਜੰਗ ਹੈ। ਡੰਡਿੰਗ 1972 ਦੇ ਸ਼ਿਮਲਾ ਸਮਝੌਤੇ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ 1800 ਫੁੱਟ ਤੋਂ ਲੈ ਕੇ 22,000 ਫੁੱਟ ਦੇ ਉਚਾਈ ਤੱਕ ਸਥਿਤ ਆਪੋ ਆਪਣੀਆਂ ਚੌਕੀਆਂ ਰਾਹੀਂ ਲਗਾਤਾਰ ਪਹਿਰਾ ਦੇ ਰਹੀਆਂ ਸਨ। ਡੰਡਿੰਗ 1984 ਵਿੱਚ ਪਾਕਿਸਤਾਨ ਨੇ ਭਾਰਤ ਦੀਆਂ ਅਗਲੀਆਂ ਚੌਕੀਆਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ। ਡੰਡਿੰਗ ਭਾਰਤੀ ਫੌਜਾਂ ਨੇ ਬਹਾਦਰੀ ਨਾਲ ਮੁਕਾਬਲਾ ਕਰਕੇ ਨਾ ਕੇਵਲ ਪਾਕਿਸਤਾਨੀ ਫੌਜਾਂ ਨੂੰ ਪਿੱਛੇ ਹੀ ਹਟਾ ਦਿੱਤਾ ਸਗੋਂ ਅੱਗੇ ਵੱਧ ਕੇ ਪਾਕਿਸਤਾਨ ਦੀਆਂ ਕੁਝ ਅਗਲੀਆਂ ਚੌਕੀਆਂ 'ਤੇ ਕਬਜ਼ਾ ਵੀ ਕਰ ਲਿਆ। ਡੰਡਿੰਗ ਹੁਣ ਦੋਹਾਂ ਧਿਰਾਂ ਦੀਆਂ ਫੌਜਾਂ ਬਿਲਕੁਲ ਆਹਮਣੇ ਸਾਹਮਣੇ ਖੜੀਆਂ ਹਨ। ਡੰਡਿੰਗ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਥੋੜ੍ਹੀ ਜਿਹੀ ਭੜਕਾਹਟ ਵੀ ਹੰਗਾਮੀ ਹਾਲਤ ਪੈਦਾ ਕਰ ਸਕਦੀ ਹੈ। ਡੰਡਿੰਗ ਕਿਸੇ ਹੰਗਾਮੀ ਹਾਲਤ ਦਾ ਮੁਕਾਬਲਾ ਕਰਨ ਲਈ ਭਾਵੇਂ ਦੋਹਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਵਿਚਕਾਰ ਹਾਟਲਾਈਨ ਮੌਜੂਦ ਹੈ, ਪਰ ਪਾਕਿਸਤਾਨੀ ਫੌਜਾਂ 'ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਡੰਡਿੰਗ ਹੁਣ ਜਦੋਂ ਦੁਨੀਆ ਵਿੱਚ ਸਰਦ ਜੰਗ ਖਤਮ ਹੋ ਗਈ ਹੈ ਅਤੇ ਅੰਤਰਰਾਸ਼ਟਰੀ ਸਥਿਤੀ ਕਾਫੀ ਬਦਲ ਗਈ ਹੈ ਤਾਂ ਪਾਕਿਸਤਾਨ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਦੋ ਦੇਸ਼ਾਂ ਦੇ ਆਪਸੀ ਝਗੜਿਆਂ ਵਿੱਚ ਕਿਸੇ ਤੀਸਰੀ ਧਿਰ ਨੂੰ ਸ਼ਾਮਿਲ ਕਰਨਾ ਲਾਭਦਾਇਕ ਸਿੱਧ ਨਹੀਂ ਹੋਵੇਗਾ। ਡੰਡਿੰਗ ਪਾਕਿਸਤਾਨ ਨੂੰ ਹੁਣ ਆਪਣੇ ਤਜਰਬੇ ਨਾਲ ਹੀ ਪਤਾ ਲੱਗ ਗਿਆ ਹੈ ਕਿ ਵਿਦੇਸ਼ੀ ਤਾਕਤਾਂ ਦਾ ਕੋਈ ਮਜ਼ਬੂਤ ਰਵੱਈਆ ਨਹੀਂ ਹੁੰਦਾ। ਡੰਡਿੰਗ ਵਿਦੇਸ਼ੀ ਤਾਕਤਾਂ ਦੇ ਆਪਣੇ ਨਿਰਧਾਰਿਤ ਹਿੱਤ ਹੁੰਦੇ ਹਨ ਅਤੇ ਜਿਹੜੀ ਗੱਲ ਉਹਨਾਂ ਨੂੰ ਲਾਹੇਵੰਦ ਮਹਿਸੂਸ ਹੁੰਦੀ ਹੈ ਉਸੇ ਅਨੁਸਾਰ ਉਹ ਆਪਣਾ ਰਵੱਈਆ ਬਦਲ ਲੈਂਦੀਆਂ ਹਨ। ਡੰਡਿੰਗ ਕਿਸੇ ਸਮੇਂ ਅਮਰੀਕਾ, ਬਰਤਾਨੀਆ ਅਤੇ ਚੀਨ ਪੂਰੀ ਤਰ੍ਹਾਂ ਪਾਕਿਸਤਾਨ ਦੇ ਪੱਖ ਵਿੱਚ ਸਨ, ਪਰ ਹੁਣ ਉਹਨਾਂ ਦਾ ਰਵੱਈਆ ਨਿਰਪੱਖ ਹੋ ਗਿਆ ਹੈ। ਡੰਡਿੰਗ ਉਹ ਭਾਰਤ ਅਤੇ ਪਾਕਿਸਤਾਨ ਦੋਵਾਂ ਉੱਪਰ ਹੀ ਦਬਾਅ ਪਾਉਂਦੇ ਹਨ ਕਿ ਉਹ ਆਪਣੇ ਮਤਭੇਦ ਸ਼ਿਮਲਾ ਸਮਝੌਤੇ ਅਧੀਨ ਹੱਲ ਕਰਨ। ਡੰਡਿੰਗ ਇਹ ਸ਼ਾਇਦ ਇਸ ਸਥਿਤੀ ਦਾ ਹੀ ਸਿੱਟਾ ਹੈ ਕਿ ਸਿਆਚਿਨ ਗਲੇਸ਼ੀਅਰ ਬਾਰੇ ਭਾਰਤ ਅਤੇ ਪਾਕਿਸਤਾਨ ਦੇ ਰੱਖਿਆ ਸਕੱਤਰਾਂ ਦੇ ਗੱਲਬਾਤ ਇਸ ਵੇਰ ਕਾਫੀ ਸੰਤੋਸ਼ਜਨਕ ਰਹੀ ਹੈ। ਡੰਡਿੰਗ ਭਾਵੇਂ ਇਸ ਗੱਲਬਾਤ ਦੇ ਪੂਰੇ ਵੇਰਵੇ ਨਹੀਂ ਦਿੱਤੇ ਗਏ, ਪਰ ਇਹ ਕਿਹਾ ਗਿਆ ਹੈ ਕਿ ਇਸ ਮਾਮਲੇ 'ਤੇ ਕੁਝ ਖੇਤਰਾਂ ਵਿੱਚ ਸਮਝੌਤਾ ਹੋ ਗਿਆ ਹੈ ਜਿਸ ਨਾਲ ਪਿਛਲੇ ਕੁਝ ਸਾਲਾਂ ਤੋਂ ਚੱਲਿਆ ਆ ਰਿਹਾ ਟਕਰਾਅ ਵਾਲਾ ਮਾਹੌਲ ਖਤਮ ਹੋਣ ਦੇ ਆਸ ਬੱਝਦੀ ਹੈ। ਡੰਡਿੰਗ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਵਾਰਤਾ ਵਿੱਚ ਸਿਆਚਿਨ ਸਮਝੌਤੇ ਦੇ ਨਾਲ ਨਾਲ ਸਾਰੇ ਜੰਮੂ ਕਸ਼ਮੀਰ ਸੰਬੰਧੀ ਕੰਟਰੋਲ ਰੇਖਾ ਬਾਰੇ ਵੀ ਉਸਾਰੂ ਪਹੁੰਚ ਅਪਣਾਈ ਗਈ ਹੈ। ਡੰਡਿੰਗ ਇਸ ਸੰਬੰਧ ਵਿੱਚ ਢੁਕਵੇਂ ਫੈਸਲੇ 'ਤੇ ਪਹੁੰਚਣ ਲਈ ਦੋਹਾਂ ਧਿਰਾਂ ਵੱਲੋਂ ਸੁਹਿਰਤਾ ਨਾਲ ਯਤਨ ਕੀਤੇ ਗਏ ਹਨ। ਡੰਡਿੰਗ ਰੱਖਿਆ ਮੰਤਰਾਲੇ ਦੇ ਇੱਕ ਬੁਲਾਰੇ ਨੇ ਗੱਲਬਾਤ ਨੂੰ ਬੜਾ ਸਦਭਾਵਨਾਪੂਰਨ ਦੱਸਿਆ ਹੈ। ਡੰਡਿੰਗ ਸਮਝਿਆ ਜਾਂਦਾ ਹੈ ਕਿ ਦੋਹਾਂ ਧਿਰਾਂ ਵੱਲੋਂ ਸਾਰੇ ਜੰਮੂ ਕਸ਼ਮੀਰ ਵਿਚਲੇ ਕੰਟਰੋਲ ਰੇਖਾ ਦੇ ਨਾਲ ਨਾਲ ਹੋ ਸਕਣ ਵਾਲੇ ਭੜਕਾਹਟ ਨੂੰ ਰੋਕਣ ਦੀ ਲੋੜ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਗੁਜਰਾਤ ਦੇ ਰਣਕਸ਼ ਦੇ ਪਾਣੀਆਂ ਦੇ ਹੱਦਬੰਦੀ ਉੱਤੇ ਵੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਡੰਡਿੰਗ ਭਾਰਤ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਕੁਰਾਕੁਰਮ ਖੇਤਰ ਤੱਕ ਦੀ ਕੰਟਰੋਲ ਰੇਖਾ ਨੂੰ ਮਾਨਤਾ ਦੇਣ ਉੱਤੇ ਜ਼ੋਰ ਦੇ ਰਿਹਾ ਹੈ, ਜਦੋਂ ਕਿ ਪਾਕਿਸਤਾਨ ਸ਼ਿਮਲਾ ਸਮਝੌਤੇ ਦੇ
ਦੇ ਸਮੇਂ ਵਾਲੇ 1972 ਦੇ ਪੋਜੀਸ਼ਨ ਉੱਤੇ ਵਾਪਸ ਆਉਣ ਲਈ ਕਹਿ ਰਿਹਾ ਹੈ ਡੰਡਿੰਗ। ਇਹੋ ਹੀ ਇੱਕ ਅਜਿਹੀ ਸਮੱਸਿਆ ਹੈ ਜਿਸ ਉੱਤੇ ਵਾਪਸ ਆਉਣ ਦੇ ਆਸ ਨਹੀਂ ਕੀਤੀ ਜਾ ਸਕਦੇ। ਡੰਡਿੰਗ ਦੋਵੇਂ ਧਿਰਾਂ ਆਪੋ ਆਪਣੇ ਪੱਖ 'ਤੇ ਅੜੀਆਂ ਹੋਈਆਂ ਹਨ। ਡੰਡਿੰਗ ਭਾਰਤ ਆਪਣਾ ਇੰਨਾ ਜਾਨੀ ਅਤੇ ਮਾਲੀ ਨੁਕਸਾਨ ਕਰਵਾਉਣ ਤੋਂ ਬਾਅਦ ਇਹਨਾਂ ਚੌਕੀਆਂ ਤੋਂ ਪਿੱਛੇ ਨਹੀਂ ਹਟਣਾ ਚਾਹੁੰਦਾ। ਡੰਡਿੰਗ ਇਸ ਦਾ ਵੱਡਾ ਕਾਰਨ ਇਹ ਹੈ ਕਿ ਜੇਕਰ ਇਹਨਾਂ ਚੌਕੀਆਂ ਨੂੰ ਇੱਕ ਵਾਰ ਖਾਲੀ ਕਰ ਦਿੱਤਾ ਗਿਆ ਤਾਂ ਦੁਬਾਰਾ ਪਾਕਿਸਤਾਨ ਦਾ ਹਮਲਾ ਹੋਣ ਦੀ ਸੂਰਤ ਵਿੱਚ ਇਹਨਾਂ ਉੱਤੇ ਕਬਜ਼ਾ ਕਰਨਾ ਮੁਸ਼ਕਲ ਹੋ ਜਾਵੇਗਾ। ਡੰਡੀ